ਦੇਖੋ ਤਸਵੀਰ ਵਿਖਾ ਰਹੇ ਹਾਂ ਜਿੱਥੇ ਅਨਮੋਲ ਗਗਨਮਾਨ ਜਿਹੜੇ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਫੋਟੋ ਦੇ ਅੱਗੇ ਨਤਮਸਤਕ ਹੁੰਦੇ ਹੋਏ ਨਜ਼ਰ ਆ ਰਹੇ ਨੇ। ਤੁਹਾਨੂੰ ਤਸਵੀਰ ਲਗਾਤਾਰ ਵਿਖਾ ਰਹੇ ਹਾਂ, ਚੰਡੀਗੜ੍ਹ ਦੇ ਸੈਕਟਰ 22 ਦੀ ਤਸਵੀਰ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਮੱਥਾ ਟੇਕ ਕੇ ਅੱਗੇ ਵਧਦੇ ਹੋਏ ਅਨਮੋਲ ਗਗਨਮਾਨ ਨਜ਼ਰ ਆਉਣਗੇ ਆਪਣੇ ਸਾਥੀਆਂ ਦੇ ਨਾਲ। ਕਿਉਂਕਿ ਅੱਜ ਜਿਸ ਢੰਗ ਦੇ ਨਾਲ ਇੱਕ ਵੱਡੇ ਨਾਅਰੇ ਦੇ ਤਹਿਤ ਆਮ ਆਦਮੀ ਪਾਰਟੀ ਜਿਹੜੀ ਆ ਉਹ ਸੜਕਾਂ 'ਤੇ ਉਤਰਦੀ ਹੋਈ ਨਜ਼ਰ ਆਈ, ਔਰ ਉਸੀ ਨਾਅਰੇ ਨੂੰ ਲੈ ਕੇ ਹੁਣ ਸੜਕਾਂ ਦੇ ਉੱਪਰ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਵੀ ਕੀਤਾ ਜਾ ਰਿਹਾ। ਵਿਰੋਧ ਪ੍ਰਦਰਸ਼ਨ ਦੀ ਸਿੱਧੀ ਜਿਹੜੀ ਤੁਹਾਨੂੰ ਤਸਵੀਰ ਵਿਖਾ ਰਿਹਾ, ਤੁਸੀਂ ਵੇਖ ਸਕਦੇ ਹੋ ਕਿ ਪੋਸਟਰ ਲੱਗੇ ਹੋਏ ਨੇ, ਬੈਨਰ ਲੱਗੇ ਹੋਏ ਨੇ ਹੱਥ ਦੇ ਵਿੱਚ, ਪੋਸਟਰ ਚੱਕੇ ਹੋਏ ਨੇ, ਹਰ ਇੱਕ ਦੇ ਹੱਥ ਦੇ ਵਿੱਚ ਆ ਪੋਸਟਰ ਹੈ ਜਿਸ ਦੇ ਵਿੱਚ ਸੰਵਿਧਾਨ ਬਚਾਓ ਅਤੇ ਤਾਨਾਸ਼ਾਹ ਹਟਾਓ ਦਾ ਨਾਰਾ ਹੈ, ਔਰ ਉਸੀ ਨਾਰੇ ਦੇ ਨਾਲ ਹੁਣ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਵਧਦੀ ਨਜ਼ਰ ਆ ਰਹੀ ਹੈ। ਤੁਹਾਨੂੰ ਤਸਵੀਰ ਜ਼ਰੂਰ ਵਿਖਾ ਰਹੇ ਹਾਂ, ਸੈਕਟਰ 22 ਦੀ ਤਸਵੀਰ ਹੈ, ਬਿਲਕੁਲ ਦੇਖ ਸਕਦੇ ਹੋ ਤੁਸੀਂ ਜਿਸ ਢੰਗ ਦੇ ਨਾਲ ਪੈਦਲ ਮਾਰਚ ਜਿਹੜਾ ਉਹ ਸ਼ੁਰੂ ਹੋ ਗਿਆ ਚੰਡੀਗੜ੍ਹ ਦੀ ਸੜਕਾਂ ਦੇ ਉੱਪਰ ਆ ਪੈਦਲ ਮਾਰਚ ਹੁੰਦਾ ਹੋਇਆ ਨਜ਼ਰ ਆ ਰਿਹਾ, ਔਰ ਡਾਕਟਰ ਭੀਮ ਰਾਓ ਅੰਬੇਡਕਰ ਅਮਰ ਰਹੇ ਨਾਰੇ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸੜਕਾਂ 'ਤੇ ਉਤਰਦੀ ਹੋਈ ਨਜ਼ਰ ਆਈ ਹੈ। ਸੰਵਿਧਾਨ ਬਚਾਓ ਦਾ ਨਾਰਾ ਦਿੱਤਾ ਜਾ ਰਿਹਾ, ਔਰ ਉਸੀ ਨਾਰੇ ਦੇ ਤਹਿਤ ਜਿਸ ਢੰਗ ਦੇ ਨਾਲ ਇੱਥੇ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਸ਼ੁਰੂ ਹੋ ਗਿਆ, ਔਰ ਉਸੀ ਦੀ ਤਸਵੀਰ ਜਿਹੜੀ ਹੈ ਉਹ ਲਗਾਤਾਰ ਤੁਹਾਨੂੰ ਵਿਖਾਉਂਦੇ ਹੋਏ ਨਜ਼ਰ ਆ ਰਹੇ ਹਾਂ ਕਿ ਕਿਸ ਢੰਗ ਦੇ ਨਾਲ ਲਗਾਤਾਰ ਇਸ ਨਾਰੇ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸੜਕ ਦੇ ਉੱਪਰ ਉਤਰ ਕੇ ਬੀਜੇਪੀ ਦਾ ਵਿਰੋਧ ਕਰਦੀ ਹੋਈ ਨਜ਼ਰ ਆ ਰਹੀ ਹੈ। ਕਿਉਂਕਿ ਇੱਥੇ ਮਸਲਾ ਜਿਹੜਾ ਬਣਾਇਆ ਗਿਆ ਕਿ ਅਗਰ ਮੁੜ ਤੋਂ ਇਸ ਤਰ੍ਹਾਂ ਦੀ ਤਸਵੀਰ ਬਣਦੀ ਹੈ, ਮੁੜ ਤੋਂ ਅਗਰ ਇਸ ਤਰ੍ਹਾਂ ਦੀ ਤਸਵੀਰਾਂ ਵੇਖਣ ਨੂੰ ਮਿਲਦੀਆਂ ਨੇ ਤਾਂ ਫਿਰ ਸੰਵਿਧਾਨ ਨੂੰ ਇੱਕ ਵੱਡਾ ਖਤਰਾ ਹੋਏਗਾ। ਕਿਉਂਕਿ ਇੱਥੇ ਜਿਹੜੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੈ ਉਸ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਕਿ ਆਹ ਗ੍ਰਿਫਤਾਰੀ ਜਿਹੜੀ ਹੈ ਇਹ ਨਿਯਮਾਂ ਤੋਂ ਹਟ ਕੇ ਕੀਤੀ ਗਈ ਹੈ, ਸਾਰੇ ਕਹਿ ਸਕਦੇ ਹਾਂ ਕਿ ਸੰਵਿਧਾਨ ਜਿਹੜਾ ਉਸ ਨੂੰ ਵੀ ਛਿੱਕੇ 'ਤੇ ਟੰਗਿਆ ਗਿਆ, ਔਰ ਉਸੀ ਦੀ ਤਸਵੀਰ ਜਿਹੜੀ ਹੈ ਤੁਹਾਨੂੰ ਲਗਾਤਾਰ ਵਿਖਾ ਰਿਹਾ। ਮੈਮ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਸੀਂ ਸੜਕਾਂ 'ਤੇ ਖੁਦ ਉਤਰਦੇ ਹੋਏ ਨਜ਼ਰ ਆਏ ਔਰ ਵਿਰੋਧ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ, ਔਰ ਅੱਜ ਜਿਹੜਾ ਨਾਰਾ ਦਿੱਤਾ ਗਿਆ ਕਿ ਸੰਵਿਧਾਨ ਬਚਾਓ ਤਾਨਾਸ਼ਾਹ ਹਟਾਓ? ਜੀ ਬਿਲਕੁਲ, ਜਿਸ ਤਰੀਕੇ ਦੇਸ਼ ਦੇ ਸੰਵਿਧਾਨ ਨੂੰ ਇਹਨਾਂ ਨੇ ਮਜ਼ਾਕ ਬਣਾਇਆ ਹੋਇਆ ਬੀਜੇਪੀ ਸਰਕਾਰ ਨੇ, ਲੋਕ ਇਹਦੀ ਰੋਸ ਦੇ ਵਿੱਚ ਨੇ। ਚੰਡੀਗੜ੍ਹ ਦੀ ਇਹ ਜਿਹੜਾ ਪੂਰਾ ਸਾਡੀ ਟੀਮ ਹੈ ਆਮ ਆਦਮੀ ਪਾਰਟੀ ਦੀ ਅਤੇ ਆਮ ਜਨਤਾ ਸਾਡੇ ਨਾਲ ਆ, ਅਤੇ ਜਿਸ ਤਰੀਕੇ ਆਪੋਜੀਸ਼ਨ ਨੂੰ ਅੰਦਰ ਦਿੱਤਾ ਜਾ ਰਿਹਾ ਅਤੇ ਜਿਸ ਤਰੀਕੇ ਇਹ ਲੋਕ ਫੁੱਟ ਪਾ ਕੇ ਸਿਰਫ ਧਰਮ ਦੀ ਰਾਜਨੀਤੀ ਕਰਨਾ ਚਾਹੁੰਦੇ ਆ, ਵਿਕਾਸ ਨਾਮ ਦਾ ਇਹਨਾਂ ਕੋਲ ਕੋਈ ਚੀਜ਼ ਨਹੀਂ ਹੈ, ਅਤੇ ਬਹੁਤ ਵੱਡਾ ਖਤਰਾ ਹੈ ਸੰਵਿਧਾਨ ਨੂੰ ਕਿ ਇਹ ਆਉਣ ਵਾਲੇ ਸਮੇਂ 'ਚ ਸੰਵਿਧਾਨ ਨੂੰ ਆਪਣੇ ਤਰੀਕੇ ਨਾਲ ਉਹਦੀ ਮੋਡੀਫਿਕੇਸ਼ਨ ਕਰਕੇ ਉਹਦਾ ਮਿਸਯੂਜ਼ ਕਰ ਸਕਦੇ ਆ, ਅਤੇ ਆਮ ਆਦਮੀ ਪਾਰਟੀ ਇਹਦਾ ਡਟ ਕੇ ਵਿਰੋਧ ਵਿੱਚ ਹੈ। ਜਿਸ ਤਰੀਕੇ ਇਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਇੱਕ ਜਾਲੀ ਗਵਾਹ ਦੇ ਆਧਾਰ ਉੱਤੇ ਜੇਲ੍ਹ 'ਚ ਕੀਤਾ ਹੈ ਅਤੇ ਵੱਡੇ ਵੱਡੇ ਕ੍ਰਾਂਤੀਕਾਰੀ ਪੋਲੀਟੀਸ਼ੀਅਨਸ ਨੂੰ ਅੰਦਰ ਦੇ ਰਹੇ ਨੇ, ਤੇ ਇਹ ਸਾਰਾ ਸੰਵਿਧਾਨ ਇਸ ਚੀਜ਼ ਨੂੰ ਅਲਾਉ ਨਹੀਂ ਕਰ ਰਿਹਾ। ਕੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਪਿੱਛੇ ਮਨਸ਼ਾ ਕੀ ਸਮਝਦੇ? ਇਹ ਡਰ ਹੈ ਜੀ, ਡਰ ਲੱਗਦਾ ਹੈ ਬਹੁਤ ਜ਼ਿਆਦਾ ਅਰਵਿੰਦ ਕੇਜਰੀਵਾਲ ਜੀ ਤੋਂ। ਮਨਸ਼ਾ ਇਹ ਆ ਕਿ ਇਹ ਪਾਰਟੀ ਪਹਿਲਾਂ ਦਿੱਲੀ 'ਚ ਫਿਰ ਪੰਜਾਬ 'ਚ ਆਈ, ਕਿਤੇ ਹੌਲੀ ਹੌਲੀ ਇਹ ਪੂਰੇ ਦੇਸ਼ 'ਚ ਜਾਊਗੀ ਐਂਡ 10 ਸਾਲਾਂ 'ਚ ਨੈਸ਼ਨਲ ਪਾਰਟੀ ਬਣੀ। ਇਸ ਚੀਜ਼ ਦਾ ਇਹਨਾਂ ਨੂੰ ਬਹੁਤ ਵੱਡਾ ਖਤਰਾ ਹੈ ਕਿ ਇਹ ਪਾਰਟੀ ਨੇ ਹੌਲੀ ਹੌਲੀ ਪੂਰੇ ਦੇਸ਼ ਨੇ ਇੱਕ ਇਮਾਨਦਾਰ ਪਾਰਟੀ ਲੈ ਆਉਣੀ ਹੈ, ਫਿਰ ਜਿਹੜਾ ਫੁੱਟ ਪਾਓ ਵਾਲੀ ਰਾਜਨੀਤੀ ਉਹ ਬੰਦ ਹੋ ਜਾਣੀ ਹੈ ਅਤੇ ਵਿਕਾਸ ਵਾਲੀ ਸ਼ੁਰੂ ਹੋ ਜਾਣੀ ਹੈ। ਬੀਜੇਪੀ ਇਸੀ ਮਸਲੇ ਨੂੰ ਲੈ ਕੇ ਚੋਣਾਂ ਦੇ ਵਿੱਚ ਪ੍ਰਚਾਰ ਵੀ ਕਰਦੀ ਨਜ਼ਰ ਆ ਰਹੀ ਹੈ, ਕਹਿੰਦੇ ਜਿਹੜੇ ਕੱਟੜ ਇਮਾਨਦਾਰ ਕਹਿੰਦੇ ਸੀ ਅੱਜ ਉਹਨਾਂ ਦੇ ਉੱਪਰ ਕਰਪਸ਼ਨ ਦੇ ਚਾਰਜਸ ਨੇ, ਅਤੇ ਕਰਪਸ਼ਨ ਦੇ ਚਾਰਜਸ ਲਾਏ ਕਿਹਨੇ ਨੇ? ਜੇ ਤੁਸੀਂ ਦੇਸ਼ ਦੀਆਂ ਏਜੰਸੀਆਂ ਨੂੰ ਆਪਣੇ ਤਰੀਕੇ ਨਾਲ ਵਰਤੋਂਗੇ ਤਾਂ ਬਾਬਾ ਸਾਹਿਬ ਜੀ ਦਾ ਜਿਹੜਾ ਸੰਵਿਧਾਨ ਉਹ ਕਿੱਧਰ ਗਿਆ? ਤੁਸੀਂ ਉਹਨਾਂ ਨੂੰ ਸੁਤੰਤਰ, ਮੀਡੀਆ ਨੂੰ ਸੁਤੰਤਰਤਾ ਨਾਲ ਕੰਮ ਕਰਨ ਨਹੀਂ ਦਿਓਗੇ ਤੇ ਸੰਵਿਧਾਨ ਕਿੱਧਰ ਗਿਆ? ਸੋ ਮੀਡੀਆ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਹੈ, ਦੇਸ਼ ਦੀਆਂ ਏਜੰਸੀਆਂ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਹੈ, ਤੇ ਇਨਸਾਫ ਕੌਣ ਕਰ ਰਿਹਾ? ਚੰਡੀਗੜ੍ਹ ਦੇ ਵਿੱਚ ਤੁਸੀਂ ਆਏ ਹੋ, ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦਾ
ਕਾਂਗਰਸ ਦੇ ਨਾਲ ਅਲਾਇੰਸ ਹੈ, ਮਨੀਸ਼ ਤਿਵਾਰੀ ਚੋਣ ਲੜ ਰਹੇ ਨੇ, ਕਿੱਦਾਂ ਦੇਖਦੇ ਹੋ ਮਨੀਸ਼ ਤਿਵਾਰੀ ਦੀ ਇਸ ਉਮੀਦਵਾਰੀ ਨੂੰ? ਅਸੀਂ ਉਹਨਾਂ ਨੂੰ ਗੁੱਡ ਲੱਕ ਕਹਿੰਦੇ ਹਾਂ, ਬੈਸਟ ਵਿਸ਼ਸ ਦਿੰਦੇ ਹਾਂ। ਹਾਂਜੀ ਬਿਲਕੁਲ, ਦੇਖੋ ਅਨਮੋਲ ਗਗਨਮਾਨ ਜਿਹੜੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਸੜਕਾਂ ਤੇ ਉਤਰਦੇ ਹੋਏ ਨਜ਼ਰ ਆਏ ਨੇ। ਵਿਰੋਧ ਪ੍ਰਦਰਸ਼ਨ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ, ਪੈਦਲ ਮਾਰਚ ਕੱਢਿਆ ਜਾ ਰਿਹਾ, ਪੈਦਲ ਮਾਰਚ ਕੱਢ ਕੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਹੋ ਰਿਹਾ ਚੰਡੀਗੜ੍ਹ ਸੈਕਟਰ 22 ਦੀ। ਹਰ ਇੱਕ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।